मेरा नाम हरप्रीत कौर है। हाँ जी, की मामला है? मामला है कि मेरी हस्बैंड है सागर हांडव, जो कि मेरी सिस्टर नु भजा के लै गए ने, तो वो स्कूल गई थी, सवेरे यूनिफॉर्म पाई हुई थी, डैडी छोड़ कर आए उसको, उसके बाद कि नंदे उसको फरार हो गए लेकर, तो उस बाद मेरे साथ भी मारकुटाई करते हैं। मुझे पता नहीं था कि वो मेरे साथ मारकुटाई क्यों करते थे, किस बात से करते हैं, किस बात से करते हैं। उसकी पहली मैरिज भी हुई थी, उसके बाद उसके मतलब कि बाहर कुड़ियां के साथ रिलेशनशिप भी है और मेरी सिस्टर के साथ भी है, ये मुझे नहीं थी मालूम। उस इस करके मैं कहनी कि मेरे मतलब कि मेरी सिस्टर नु शाम तक लुटवाया जाए और पुलिस वाले भी ना रले हुए ने सारे, तो जल्दी कार्रवाई की जाए। वो मेरे मैरिज को बाद में पता चला। डाउट है कि मेरी साढ़े नाल ही गुआंढन है, उसकी बेटी है, उसके साथ था रिलेशनशिप। पुलिस को मिलन कर दी है पर पुलिस वाले कुछ सुन नहीं रहे अभी। क्या चाहती हैं आप, क्या अपने पति को क्या सजा दिलाना चाहते हैं जिन्होंने आपके साथ साथ के लिए अभी धोखा दिया? मैं तो यही चाहती हूँ पहले सामने तो आए एक बारी, मैं पूछना चाहती हूँ रखना चाहता है या नहीं छोड़ना चाहता है। वो तो कहता मैं छोड़ दूंगा, आपको नहीं रखूंगा, आपकी सिस्टर को रखूंगा, मैं अपने बच्चे रखने चाहनी बस। एक जड़ी ਸਾਡੇ ਪਾਸ ਜੀ ਇਤਲਾਹ ਆਈ ਸੀਗੀ, ਸਾਡੇ ਇਲਾਕੇ ਦੇ ਵਿੱਚ ਬਾਬਾ ਦੀਪ ਸਿੰਘ ਕਲੋਨੀ ਆ, ਅਤੇ ਉਹਨਾਂ ਨੇ ਪੁਲਿਸ ਪਾਸ ਇਤਲਾਹ ਦਿੱਤੀ ਕਿ ਉਹਨਾਂ ਦੀ ਬੇਟੀ ਨੂੰ ਸਾਗਰ ਹਾਂਡਾ ਨਾਂ ਦਾ ਜਿਹੜਾ ਇੱਕ ਦੋਸ਼ੀ ਆ ਉਹ ਲੈ ਗਿਆ, ਔਰ ਜਿਹੜਾ ਸਾਗਰ ਹਾਂਡਾ ਆ ਉਹ ਰਿਸ਼ਤੇ ਦੇ ਵਿੱਚ ਉਹਨਾਂ ਦਾ ਜਵਾਈ ਲੱਗਦਾ। ਇਸ ਸੰਬੰਧ ਦੇ ਵਿੱਚ ਮੇਰੇ ASI ਦਵਿੰਦਰ ਸਿੰਘ ਨੇ ਮੁਕਦਮਾ ਨੰਬਰ 66 ਅਧੀਨ ਧਾਰਾ 363 366 IPC ਦਰਜ ਕੀਤਾ। ਦੋਸ਼ੀ ਖਿਲਾਫ FIR ਦਰਜ ਕਰਕੇ ਜਿਹੜੀਆਂ ਸਾਡੀਆਂ ਟੀਮਾਂ ਉਹ ਬਾਹਰ ਇਲਾਕੇ 'ਚ ਰੇਡ 'ਤੇ ਨੇ ਜੀ, ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਤੇ ਅਸੀਂ ਲੜਕੀ ਜਿਹੜੀ ਉਹ ਪਰਿਵਾਰ ਤੱਕ ਪਹੁੰਚਾਵਾਂਗੇ। ਸਾਨੂੰ ਜੋ ਪਤਾ ਲੱਗਾ ਉਹਨਾਂ ਦੇ ਮੁਤਾਬਕ ਤੇ ਹੈ, ਬਾਕੀ ਅਜੇ ਅਸੀਂ ਤਫਤੀਸ਼ 'ਚ ਕਲੀਅਰ ਕਰ ਲਾਂਗੇ ਜੀ ਜੋ ਵੀ ਹੈ। ਸਰ ਪਤਾ ਲੱਗਾ ਕਿ ਉਹ ਸਾਗਰ ਹਾਂਡਾ ਦੇ ਪਹਿਲਾਂ ਵੀ ਇੱਕ ਵਿਆਹ ਹੋਇਆ ਸੀ, ਉਸ ਤੋਂ ਬਾਅਦ ਵੀ ਲਵ ਮੈਰਿਜ ਸੀ? ਇਹ ਤਫਤੀਸ਼ ਦਾ ਮੈਟਰ ਹੈ ਜੀ, ਜਾਂ ਜੀ ਫਿਲਹਾਲ ਸਾਡੇ ਕੋਲ ਜੋ ਇਨਕੁਆਇਰੀ ਜੋ ਤਲਾਹ ਆਈ ਆ ਉਸਦੇ ਮੁਤਾਬਕ ਅਸੀਂ ਕਰ ਰਹੇ ਹਾਂ, ਅੱਗੇ ਜੇ ਗੱਲ ਕਲੀਅਰ ਹੋਊਗੀ ਤੇ ਉਹਦੇ ਮੁਤਾਬਕ ਵੀ ਉਹਦੇ ਖਿਲਾਫ ਕਾਰਵਾਈ ਕਰਾਂਗੇ। ਸਾਗਰ ਹਾਂਡਾ ਦੇ ਕਿੰਨੇ ਬੱਚੇ ਜੀ? ਨਹੀਂ ਜੀ, ਇਹ ਸਾਡਾ ਤਫਤੀਸ਼ ਦਾ ਮੈਟਰ ਹੈ, ਅਜੇ ਤੱਕ ਇਹ ਕਲੀਅਰ ਨਹੀਂ ਆ। ਜਦੋਂ ਸਾਗਰ ਹਾਂਡਾ ਫੜਿਆ ਗਿਆ ਆਪੇ ਕਲੀਅਰ ਹੋ ਜਾਣਾ ਵਾ ਕਿੰਨੇ ਵਿਆਹ ਨੇ, ਕਿੰਨੇ ਉਹਦੇ ਬੱਚੇ ਨੇ, ਕੀ ਕਰਵਾ ਤੇ। ਮੇਰੇ ਮਤਲਬ ਕਿ ਵੱਡੀ ਲੜਕੀ ਵਿਆਹੀ ਸੀ, ਜਿਸ ਮਤਲਬ ਕਿ ਲੜਕੇ ਨਾਲ, ਉਹ ਮੇਰੇ ਮਤਲਬ ਕਿ ਛੋਟੀ ਲੜਕੀ ਨੂੰ ਲੈ ਕੇ ਅੱਜ ਸਕੂਲ ਤੋਂ ਗਾਇਬ ਹੋਇਆ। ਸਵੇਰੇ ਮੈਂ ਰਸਤੇ 'ਚ ਆਉਂਦਿਆਂ ਉਹਨਾਂ ਨੂੰ ਇੱਕ ਜਗ੍ਹਾ 'ਤੇ ਖਲੋਤਿਆਂ ਦੇਖਿਆ, ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਆਹ ਕੋਈ ਗੱਲ ਹੈਗੀ ਆ। ਹੁਣ ਉਹਨਾਂ ਨੂੰ ਫੋਨ ਕੀਤਾ ਸੀ ਅਤੇ ਫੋਨ 'ਤੇ ਉਹਨਾਂ ਨੇ ਗਾਲੀਓ ਗੱਲ ਦਾ ਜਵਾਬ ਪੁੱਠਾ ਦਿੱਤਾ ਵੀ ਅਸੀਂ ਨਹੀਂ ਆਉਣਾ, ਬਾਕੀ ਇਹ ਮੈਂ ਚਾਹੁੰਦਾ ਵੀ ਇੱਕ ਵਾਰੀ ਸਾਹਮਣੇ ਆਉਣ ਜਿੱਥੇ ਵੀ ਹੈਗੇ ਆ। ਅਤੇ ਮੈਂ ਛੋਟੀ ਬੇਟੀ ਨੂੰ ਆਪਣੇ ਨੂੰ ਸਕੂਲੇ ਘਲਾਇਆ ਸੀ, ਉਹ ਵੱਡੇ ਜਵਾਈ ਨੂੰ ਉੱਥੋਂ ਸਵੇਰੇ ਸਕੂਲ ਤੋਂ ਹੀ ਲੈ ਗਿਆ, ਅਤੇ ਮੈਂ ਰਸਤੇ 'ਚ ਜ਼ਰੂਰ ਵੇਖਿਆ ਸੀ ਅਤੇ ਮੈਂ ਵੇਖ ਕੇ ਹੈਰਾਨ ਰਹਿ ਗਿਆ। ਉੱਥੋਂ ਮੈਂ ਮੁੜ ਕੇ ਆਪਣੇ ਘਰ ਆਣ ਕੇ ਫੋਨ ਕੀਤਾ ਅਤੇ ਗੱਲਬਾਤ ਹੋਈ ਫੋਨ 'ਤੇ, ਉਹ ਕਹਿੰਦੇ ਗਾੜੀ ਅਸੀਂ ਨਹੀਂ ਆਉਣਾ, ਅਤੇ ਲੜਕੀ ਅਜੇ 18 ਸਾਲ ਦੀ ਪੂਰੀ ਨਹੀਂ ਹੋਈ। ਪਹਿਲੇ ਜਦੋਂ ਇਹਨਾਂ ਦਾ ਵਿਆਹ ਹੋ ਗਿਆ ਸੀ ਨਾ, ਮੈਨੂੰ ਦੋ ਤਿੰਨ ਦਿਨ ਬਾਅਦ ਮੈਨੂੰ ਕਿਸੇ ਮੁਹੱਲੇ ਵਾਲੇ ਨੇ ਦੱਸ ਦਿੱਤਾ ਵੀ ਆਹ ਗੱਲ ਹੈਗੀ ਆ, ਵੀ ਪਹਿਲੇ ਵਿਆਹ ਕਰਾਇਆ ਸੀ ਇਹਨੇ ਅਤੇ ਪਹਿਲੇ ਵੀ ਪਤਾ ਨਹੀਂ ਛੜ ਛੜਈਆ ਕੀਤਾ ਜਾਂ ਕੀ ਕੀਤਾ, ਮੈਨੂੰ ਸਮਝਣ ਲੱਗੀ। ਮੈਂ ਹੁਣ ਹੋ ਗਿਆ, ਹੁਣ ਮੈਂ ਕੁਛ ਨਹੀਂ ਕਰ ਸਕਦਾ। ਚਲੋ ਇਹਨਾਂ ਦੀ ਕੋਈ ਗੱਲਬਾਤ ਹੋਈ ਸੀ ਲਵ ਮੈਰਿਜ ਦੇ ਵਿੱਚ, ਮੈਂ ਤਾਂ ਰਾਜੀ ਨਹੀਂ ਸੀ। ਮੈਨੂੰ ਤਾਂ ਕਿਸੇ ਨੇ ਮਤਲਬ ਕਿ ਚਲੋ ਗੱਲ ਕਰਾਤੀ ਵੀ ਚਲ ਕੋਈ ਨਹੀਂ, ਜੇ ਅੱਜ ਕੱਲ੍ਹ ਚੱਲਦਾ ਵਾ ਤਾਂ ਅਸੀਂ ਫਿਰ ਵੀ ਮੰਨ ਗਏ ਵੀ ਚਲੋ ਕੋਈ ਗੱਲ ਨਹੀਂ, ਅਸੀਂ ਕੀਤਾ। ਲੇਕਿਨ ਸਾਨੂੰ ਆਹ ਗੱਲ ਦਾ ਨਹੀਂ ਪਤਾ ਵੀ ਛੋਟੀ ਬੇਟੀ ਨੂੰ ਲੈ ਕੇ ਇਹਨੇ ਇਸ ਤਰ੍ਹਾਂ ਕਰਨਾ ਵਾ, ਜੇ ਸਾਨੂੰ ਕੋਈ ਪਤਾ ਹੁੰਦਾ ਤਾਂ ਅਸੀਂ ਇਹ ਕੰਮ ਨਾ ਹੋਣ ਦਿੰਦੇ। ਅੱਜ ਸਿਰਫ ਮੈਨੂੰ ਵੇਖਿਆ ਗਿਆ ਮੈਨੂੰ ਵੀ ਰਸਤੇ 'ਚ, ਅਤੇ ਮੈਨੂੰ ਤਾਂ ਪਤਾ ਲੱਗਾ ਤਾਂ ਨਹੀਂ ਮੁੜ ਕੇ ਅਰੇਂਜ ਕਰਤੀ ਗੁਰਦੁਆਰੇ 'ਚ ਤਾਂ ਫਿਰ ਕੀਤਾ ਸ਼ਹੀਦਾਂ ਸਾਹਿਬ ਦੇ। ਹਾਂਜੀ, ਅੱਜ ਤਾਂ ਪੁਲਿਸ ਕੰਪਲੇਂਟ ਕਰਕੇ ਆਏ ਹਾਂ, ਹੁਣ ਵੇਖਦੇ ਹਾਂ ਵੀ ਕੀ ਹੁੰਦਾ ਸਾਡੇ ਨਾਲ। ਅਸੀਂ ਤਾਂ ਵੇਖਣੇ ਵੀ ਇਸ ਵੇਲੇ ਤੱਕ ਅਜੇ ਤੱਕ ਨਹੀਂ ਮੁੜੇ, ਅਤੇ ਨਾ ਸਾਨੂੰ ਕੋਈ ਪਤਾ ਹੀ ਉਹਨਾਂ ਦਾ ਕਿੱਥੇ ਹੈ। ਅਸੀਂ ਕੰਪਲੇਂਟ ਇਸ ਕਰਕੇ ਕੀਤੀ ਹੈ ਵੀ ਹੁਣ ਉਹ ਲੱਭ ਕੇ ਸਾਡੇ ਸਾਹਮਣੇ ਲਿਆ। ਕੋਈ ਕੁੜਮਾ ਨਾਲ ਗੱਲ ਕੀਤੀ? ਕੁੜਮਾ ਨਾਲ ਗੱਲ ਕੀਤੀ, ਉਹ ਆਉਂਦੇ ਅਸੀਂ ਤੁਹਾਡੇ ਨਾਲ ਹਾਂ,
ਕਿ ਜਿਹੜੀ ਗਲਤੀ ਇਹਨੇ ਕੀਤੀ ਜੋ ਸਜ਼ਾ ਦੀ ਹੈਗੀ ਉਹਨੂੰ ਦੋ। ਤੁਸੀਂ ਕੀ ਸਜ਼ਾ ਸਮਝਦੇ ਹੋ ਇਸ ਬਾਰੇ? ਤੁਸੀਂ ਇੱਕ ਪਿਤਾ ਹੋ, ਦੋ ਬੇਟੀਆਂ ਦੀ ਜ਼ਿੰਦਗੀ ਖਰਾਬ ਕਰਤੀ ਹੈ ਤੁਹਾਡੇ ਜਵਾਈ ਨੇ। ਸਿਰਫ ਇੱਕ ਵਾਰੀ ਜਦ ਸਾਹਮਣੇ ਆਏਗਾ ਉਦੋਂ ਫਿਰ ਵੇਖਾਂਗਾ ਵੀ ਕੀ ਕਰਨਾ। ਸਿਰਫ ਆਪਣੇ ਮਨ ਦੇ ਵਿੱਚ ਜਿਹੜੀ ਗੱਲ ਹੈਗੀ ਆ ਉਹ ਤਾਂ ਤੁਹਾਨੂੰ ਵੀ ਪਤਾ ਹੈਗਾ ਕਿ ਬੰਦਾ ਕੀ ਸੋਚਦਾ ਇਸ ਵਾਰ, ਅਤੇ ਤੁਹਾਨੂੰ ਵੀ ਮਾਇਨ ਹੋਏਗਾ। ਉਸਨੇ ਤੁਹਾਡੀ ਕੀ ਹੈਲਪ ਕੀਤੀ ਹੁੰਦੀ? ਅਜੇ ਤੱਕ ਤਾਂ ਕੋਈ ਹੈਲਪ ਨਹੀਂ, ਅਜੇ ਤਾਂ ਅਸੀਂ ਰਿਪੋਰਟ ਲਿਖਾ ਕੇ ਆਏ ਹਾਂ, ਹੁਣ ਗਾੜੀ ਵੇਖਦੇ ਹਾਂ ਕਾਰਵਾਈ ਕਦੋਂ ਕਰਦੇ ਆ ਸਾਡੀ। ਅਤੇ ਅਸੀਂ ਤਾਂ ਉਹਨਾਂ ਨੂੰ ਕਿਹਾ ਵੀ ਸ਼ਾਮਾਂ ਤੱਕ 6 ਵਜੇ 7 ਵਜੇ ਤੱਕ ਸਾਡੀ ਬੇਟੀ ਨੂੰ ਤੁਸੀਂ ਹਾਜ਼ਰ ਹਾਜ਼ਰ ਕਰੋ, ਲੱਭ ਕੇ ਵੀ ਕਿੱਥੇ ਬੈਠੇ ਆ ਕਿੱਥੇ ਨਹੀਂ। ਉਹਨਾਂ ਨੇ ਰਿਪੋਰਟ ਲਿਖਾਈ, ਹੁਣ ਉਹਨਾਂ ਦੇ ਫੋਨ ਲੋਕੇਸ਼ਨ ਜਿੱਥੇ ਵੀ ਮਤਲਬ ਕਿ ਚੈੱਕ ਕਰਕੇ ਜਾਂ ਕਦੇ ਕਿਤਰਾ ਵੀ ਪਤਾ ਲਗਾ, ਉਸ ਤੋਂ ਬਾਅਦ ਸਾਨੂੰ ਦੱਸਣ ਵੀ ਕਿੱਥੇ ਆ ਸਾਡੇ ਸਾਹਮਣੇ ਪੇਸ਼ ਕਰ। ਅਸੀਂ ਇਹ ਚਾਹੁੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ, ਵੀ ਅਸੀਂ ਵਿਆਹ 'ਚ ਗੱਲ ਕਰਾਂਗੇ ਜਦੋਂ ਸਾਡੇ ਸਾਹਮਣੇ ਆਏਗਾ।